बच्चों आज दे बीए थर्ड सेमेस्टर दे इस लेक्चर दे विच तुहाडा स्वागत है। अज असी जिहड़ा हैगा है इक छोटा जिहा टॉपिक करांगे अंतर राज्य परिषद जिहनूं इंटर स्टेट कौंसल कहा जांदा है। जिहड़ी इंटर स्टेट कौंसल है इहदा जिहड़ा निर्माण है उह इहदा निर्माण जिहड़ा हैगा राष्ट्रपति द्वारा जां राष्ट्रपति जिहड़ा है ਇਹਦੇ ਨਿਰਮਾਣ ਦੇ ਵਿੱਚ ਮੁੱਖ ਭੂਮਿਕਾ ਜਿਹੜਾ ਨਿਭਾਉਂਦਾ। ਸੋ ਸਰਕਾਰੀਆ ਕਮਿਸ਼ਨ ਜਿਹੜਾ ਕਿ 1987 ਦੇ ਵਿੱਚ ਬਣਿਆ ਸੀਗਾ ਉਹਨੇ ਜਿਹੜਾ ਸੀਗਾ ਅੰਤਰਰਾਜੀ ਪਰਿਸ਼ਦ ਜਾਂ ਇੰਟਰ ਸਟੇਟ ਕੌਂਸਲ ਦੇ ਬਾਰੇ ਜਿਹੜਾ ਸੀਗਾ ਸੁਝਾਅ ਦਿੱਤਾ ਸੀਗਾ। ਹੁਣ ਜਿੱਦਾਂ ਮੈਂ ਤੁਹਾਡੇ ਨਾਲ ਇੱਕ ਇੱਥੇ ਡਾਕੂਮੈਂਟ ਸ਼ੇਅਰ ਕੀਤਾ ਹੋਇਆ ਹੈ ਉਹਦੇ ਵਿੱਚ ਲਿਖਿਆ ਹੋਇਆ ਆਰਟੀਕਲ 360 ਪ੍ਰੋਵਾਈਡਸ ਫੋਰ ਇਸਟੈਬਲਿਸ਼ਮੈਂਟ ਆਫ इंटर स्टेट कौंसल टू अफेक्ट कोऑर्डिनेट बिटवीन स्टेट्स। मतलब जिहड़े प्रांत हैगे है साडे देश दे विच उन्हां प्रांतां दे विच कई तरह के जिहड़े है झगड़े पैदा हुंदे है। इन्हां झगड़ियां नूं जिहड़ा हैगा सुलझाउण वास्ते जिहड़ा है अंतर राज्य परिषद जिहनूं आपां इंटर स्टेट कौंसल कहिंदे आ उहदा जिहड़ा हैगा गठन जिहड़ा हैगा उह कीता जांदा। ਸੋ ਇੰਟਰ ਸਟੇਟ ਕੌਂਸਲ ਜਿੱਦਾਂ ਮੈਂ ਪਹਿਲੇ ਵੀ ਦੱਸਿਆ ਤੁਹਾਨੂੰ ਇਸ ਅਪੁਆਇੰਟਡ ਬਾਈ ਦਾ ਪ੍ਰੈਜ਼ੀਡੈਂਟ ਇਫ ਇਟ ਅਪੀਅਰਸ ਟੂ ਹਿਮ ਦੈਟ ਪਬਲਿਕ ਇੰਟਰਸਟ ਵੁੱਡ ਬੀ ਸਰਵਡ ਬਾਈ ਇਟਸ ਐਸਟੈਬਲਿਸ਼ਮੈਂਟ। ਉਹ ਕਹਿੰਦਾ ਰਾਸ਼ਟਰਪਤੀ ਇਹੋ ਜਿਹੀ ਪਰਿਸ਼ਦ ਦਾ ਗਠਨ ਤਾਂ ਕਰਦਾ ਹੈ ਅਗਰ ਉਸਨੂੰ ਲੱਗਦਾ ਹੈ ਕਿ ਇਹ ਜਿਹੜਾ ਹੈ ਲੋਕਾਂ ਦੇ ਹਿੱਤ ਵਿੱਚ ਹੈ ਇਸਨੂੰ ਬਣਾਉਣਾ ਔਰ ਇਹਦੇ ਨਾਲ ਲੋਕਾਂ ਦੇ ਜਿਹੜਾ ਹਿੱਤ ਹੈ ਉਹਨੂੰ ਜਿਹੜਾ ਹੈ ਬਲ ਮਿਲੂਗਾ ਔਰ ਉਹਦੇ ਨਾਲ ਜਿਹੜਾ ਹੈ ਉਹ ਜਿਹੜਾ ਹੈ ਠੀਕ ਤਰ੍ਹਾਂ ਨਾਲ ਜਿਹੜਾ ਹੈ ਰਾਜਾਂ ਦੇ ਵਿੱਚ ਜਿਹੜੀ ਹੈ ਕੋਆਰਡੀਨੇਸ਼ਨ ਬਣੂਗੀ ਔਰ ਰਾਜ ਜਿਹੜੇ ਹੈਗੇ ਹੈ ਇੱਕ ਇੱਕ ਸਾਰ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਹੈਗਾ ਕੰਮ ਜਿਹੜਾ ਕਰੂ। ਸੋ ਇਸ ਕਰਕੇ ਜਿਹੜਾ ਹੈ ਅੰਤਰ ਰਾਜੀ ਪਰਿਸ਼ਦ ਦੀ ਜਿਹੜੀ ਹੈ ਸਥਾਪਨਾ ਜਿਹੜੀ ਹੈ ਕੀਤੀ ਗਈ ਹੈ। ਕਿਉਂ ਕੀਤੀ ਗਈ ਹੈ? ਕਿਉਂਕਿ ਇੰਡੀਆ ਜਿਹੜਾ ਹੈਗਾ ਡਾਇਵਰਸਿਟੀ ਵਾਲਾ ਦੇਸ਼ ਹੈ। ਇੱਥੇ ਇੱਕ ਵਿਚਾਰਕ ਹੋਇਆ ਹੈ Grenville Austin. Austin rightly says India is not New Delhi only, but capital of states are also included in it. States need help of center, but it also correct that without cooperation of states, union can't last for many days. The state governments can be the units to implement the policies of the center, but without their help, the central government can't give practical shape to its plans. In this way, central state nations are interdependent. So, ਕੀ ਕਹਿਣਾ ਚਾਹੁੰਦਾ ਆਸਟਿਨ? ਆਸਟਿਨ ਇੱਕ ਬਹੁਤ ਮਹੱਤਵਪੂਰਨ ਗੱਲ ਕਹਿ ਰਿਹਾ ਹੈ ਕਿ ਜਿਹੜਾ ਭਾਰਤ ਹੈ ਉਹ ਨਿਊ ਦਿੱਲੀ ਨਹੀਂ ਹੈ। ਭਾਰਤ ਦੇ ਵਿੱਚ ਜਿਹੜੇ ਵੱਖ ਵੱਖ ਜਿਹੜੇ ਪ੍ਰਾਂਤ ਹੈਗੇ ਹੈ ਉਹ ਵੀ ਜਿਹੜੇ ਹੈ ਨਿਊ ਦਿੱਲੀ ਨੂੰ ਜਿਹੜਾ ਹੈ ਉਹ ਵੀ ਉਹਨਾਂ ਦੀਆਂ ਜਿਹੜੀਆਂ ਕੈਪੀਟਲਸ ਹੈ ਉਹਨਾਂ ਦੀ ਵੀ ਇੰਪੋਰਟੈਂਸ ਹੈ, ਉਹਨਾਂ ਦੀ ਜਿਹੜੀਆਂ ਰਾਜਧਾਨੀਆਂ ਹੈ ਉਹਨਾਂ ਦੀ ਵੀ ਇੰਪੋਰਟੈਂਸ ਹੈ। ਸੋ ਕਹਿੰਦਾ ਸੈਂਟਰ ਸਟੇਟ ਰਿਲੇਸ਼ਨ ਜਿਹੜੇ ਹੈ ਜਾਂ ਕੇਂਦਰ ਅਤੇ ਰਾਜਾਂ ਦੇ ਵਿਚਕਾਰ ਜਿਹੜੇ ਸੰਬੰਧ ਹੈ ਉਹ ਸਮੂਥਲੀ ਨਹੀਂ ਚੱਲ ਸਕਦੇ ਜਦ ਤੱਕ ਕੇਂਦਰ ਸਰਕਾਰ ਔਰ ਰਾਜ ਸਰਕਾਰਾਂ ਦੇ ਵਿੱਚ ਜਿਹੜਾ ਹੈ ਜਿਹੜਾ ਇੱਕ ਕੋਆਰਡੀਨੇਸ਼ਨ ਨਹੀਂ ਹੋਊਗੀ, ਇੱਕ ਜਿਹਨੂੰ ਕਹਿੰਦੇ ਹਾਂ ਆਪਾਂ ਪੰਜਾਬੀ ਦੇ ਵਿੱਚ ਇੱਕ ਸਹਿਯੋਗ ਨਹੀਂ ਹੋਏਗਾ ਤਦ ਤੱਕ ਇਹ ਦੋਨੋਂ ਨਹੀਂ ਠੀਕ ਤਰ੍ਹਾਂ ਨਾਲ ਕੰਮ ਕਰ ਸਕਦੇ। ਦੂਸਰੀ ਗੱਲ ਜਿਹੜੇ ਰਾਜਾਂ ਦੇ ਵਿਚਕਾਰ ਝਗੜੇ ਹੈ ਉਹਨਾਂ ਨੂੰ ਸੁਲਝਾਉਣ ਵਾਸਤੇ ਰਾਜਾਂ ਦੇ ਵਿਚਕਾਰ ਬੈਟਰ ਜਿਹੜੀ ਹੈ ਕੋਆਰਡੀਨੇਸ਼ਨ ਬਣਾਉਣ ਵਾਸਤੇ ਜਿਹੜਾ ਅੰਤਰ ਰਾਜੀ ਪਰਿਸ਼ਦ ਹੈ ਇੱਕ ਇੰਪੋਰਟੈਂਟ ਜਿਹੜੀ ਹੈ ਰੋਲ ਜਿਹੜਾ ਹੈ ਉਹ ਪਲੇ ਕਰਦੀ। ਠੀਕ ਹੈ ਜੀ। ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਕਿ ਡਿਊਟੀ ਆਫ ਇੰਟਰ ਸਟੇਟ ਕੌਂਸਲ, ਇੰਟਰ ਸਟੇਟ ਕੌਂਸਲ ਕਿਹੜੇ ਕਿਹੜੇ ਪ੍ਰਮੁੱਖ ਕੰਮ ਕਰਦੀ। ਇਨਕੁਆਇਰਿੰਗ ਇਨ ਟੂ ਅਡਵਾਈਜ਼ਿੰਗ ਅਪੋਨ ਦ ਡਿਸਪਿਊਟਸ ਵਿਚ ਮੇ ਅਰਾਈਜ਼ ਬਿਟਵੀਨ ਸਟੇਟਸ। ਜਿਹੜੇ ਝਗੜੇ ਇੱਕ ਰਾਜ, ਦੋ ਰਾਜ ਜਾਂ ਤਿੰਨ ਰਾਜਾਂ ਜਾਂ ਹੋਰ ਬਹੁਤ ਸਾਰੇ ਰਾਜਾਂ ਦੇ ਵਿਚਕਾਰ ਪੈਣਗੇ ਉਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਔਰ ਉਹਨਾਂ ਨੂੰ ਰਿਜ਼ੋਲਵ ਕਰਨਾ, ਉਹਨਾਂ ਨੂੰ ਸੁਲਝਾਉਣਾ ਜਿਹੜਾ ਹੈ ਉਹ ਅੰਤਰਰਾਜੀ ਪਰਿਸ਼ਦ ਦਾ ਜਿਹੜਾ ਹੈ
प्रमुख जड़ा है वो विषय है या प्रमुख जड़ा है काम। फिर दूसरा जड़ा इंपॉर्टेंट फंक्शन हैगा है इंटरस्टेट काउंसिल का, वो हैगा इन्वेस्टिगेटिंग एंड डिस्कसिंग। इन्वेस्टिगेटिंग एंड डिस्कसिंग द सब्जेक्ट्स इन व्हिच सम और ऑल द स्टेट्स ऑफ द यूनियन वन और मोर ऑफ द स्टेट्स हैव कॉमन इंटरेस्ट। ठीक है जी, इन्वेस्टिगेट करना, जांच पड़ताल करना और वक्त-वक्त विषय जिहड़े उत्पन्न हुंदे आ प्रांतीय पद्धर उत्ते उन्हां दी जानकारी प्राप्त करना। तीसरी गल और उन्हां झगड़िआं दी कॉमन जड़ की है, उहदी कॉमन वजह की है, उहनूं लभणा और सारे जिहड़े प्रांतीय मसले आ उन्हां नूं सुलझाउणा टू दी बेनिफिट ऑफ द कॉमन इंटरस्ट ऑफ द स्टेट। बेनिफिट ऑफ द कॉमन इंटरस्ट ऑफ द स्टेट मतलब कि वो गल उत्ते सहमति बनाना जिस गल उत्ते जिहड़ा एक राज्य या दो राज्य जिहड़े आ अपनी जिहड़ी है सहमति जिहड़ी है वो। ठीक है, मेकिंग। तीजा जिहड़ा इंपॉर्टेंट ड्यूटी है इंटरस्टेट काउंसिल दी, मेकिंग रिकमेंडेशन ऑन एनी सब्जेक्ट फॉर द बेटर कोऑर्डिनेशन ऑफ द पॉलिसी एंड एक्शन विद रिस्पेक्ट टू दैट सब्जेक्ट। मेकिंग रिकमेंडेशन का मतलब अपनी जिहड़ी है सलाह देना किसी उत्ते हर विषय के उत्ते, ताकि उहदे नाल जदों सेंट्रल गवर्नमेंट ने कोई प्रांतां वास्ते कॉमन कोई नीति बनानी है उहदे विच जिहड़ा हैगा मदद जिहड़ी है मिल सके। सो कि जिहड़ा बेटर कोआर्डिनेशन दे नाल स्टेट्स दी डिवेलपमेंट वास्ते जिहड़ा है सारा कुछ जिहड़ा है। नेक्स्ट स्लाइड वाल चलते हैं। हुण इहदे उद्देश्य की हैगे प्रोविजन टू एस्टैब्लिश रेगुलर मशीनरी ऑफ इंटर गवर्नमेंटल कंसल्टेशन एंड इंटर स्टेट रिलेशन सो दैट डिपार्टमेंट और इंस्टीट्यूशन ऑफ कोऑर्डिनेशन एंड रिसर्च आर टू बी मेंटेन्ड इन सच मैटर्स एज एग्रीकल्चर, फॉरेस्ट्री, इरीगेशन, एजुकेशन एंड पब्लिक। थले जिहड़े विषय लिखे हुए आ जिदा खेतीबाड़ी हो गया, फिर जंगल अते जंगली जीवन हो गया, फिर सिंचाई हो गया, फिर उस तो बाद एजुकेशन जिहनूं आपां सिक्ख्या कहिंदे हां वो हो गया, और फिर जिहड़ा सब नालों लास्ट जिहड़ा विषय इहदे विच लिखिआ होइआ वो हैगा पब्लिक हैल्थ। पब्लिक मतलब जनतक सिहत। सो ये जिहड़े विषय हैगे आ प्रमुख विषय हैगे आ, ठीक है जी, उहदे उत्ते जिहड़ा है इंटर गवर्नमेंटल कंसल्टेशन दा मतलब हुंदा है अंतर राज्य संवाद, मतलब जिहड़ियां स्टेट्स दे विच इन्हां नूं लै के जिहड़ी पॉलिसी बननी है या पॉलिसी डिस्कस होनी है उहनूं लै के इंटर गवर्नमेंटल कंसल्टेशन होनी चाहिए। एंड इंटर स्टेट रिलेशन और डिपार्टमेंट ऑफ इंस्टीट्यूशन, एक डिपार्टमेंट ऑफ इंस्टीट्यूशन मतलब एक डिपार्टमेंट क्रिएट करना चाहिए है जिहड़ा कि इन्हां विषयां दे उत्ते रिसर्च करे और इन्हें इन्हां नूं कितना बेटर किया जा सकता है, इन्हां नूं बेटर पॉलिसी कितना फ्रेम की जा सकती है। सो वो संवाद जिहड़ा है स्टेट्स और सेंटर दे विच जिहड़ा है कंटीन्यूअसली जिहड़ा है चलना चाहिए इस उद्देश्य दे नाल। दिस वुड रिमूव द मच स्ट्रेस स्टेज विच एट प्रेजेंट एग्जिस्ट बिटवीन स्टेट एंड सेंटर। देखो जी, जिहड़ी इंटर स्टेट काउंसिल है दो काम करती है, एक राज्य एक केंद्र सरकार और राज्य सरकारां दे विचकार बेटर संबंधां दी गल करती है, बनाउण दी गल करती है। दूसरी गल जिहड़े केंद्र अते राज्यां दे विचकार कई विषयां नूं लै के जिहड़े स्ट्रेस एंड स्ट्रेन पैदा हुंदे है उहनूं रिमूव करन दा जिहड़ा है काम जिहड़ा है अंतरराज्यीय परिषद जिहड़ी है करदी है। तो वो कहने अगर इस तरह किया जाऊगा तो साडा जिहड़ा फैडरल ढांचा है वो होर ज्यादा जिहड़ा हैगा वो मजबूत होगा, उहनूं होर ज्यादा जिहड़ा है सेहत मिली है वो मिली। नेक्स्ट इहदे विच स्लाइड। अच्छा, हुण इहदे विच हुंदा कौन है एस्टैब्लिशमेंट ऑफ इंटर स्टेट काउंसिल, जिदा मैं तुहानूं दस्सिया सीगा आर्टिकल जिहड़ा 263 है वो अंतरराज्यीय परिषद की गल करता है, उहदी स्थापना की गल करता है। एक कदों एस्टैब्लिश की गई 28 मई
1990 ਨੂੰ ਕਨਸਿਸਟ ਆਫ ਫੋਲੋਇੰਗ ਮੈਂਬਰ ਇਹਦੇ ਵਿੱਚ ਕੌਣ ਕੌਣ ਹੁੰਦਾ ਪ੍ਰਾਈਮ ਮਿਨਿਸਟਰ ਹੁੰਦਾ ਚੀਫ ਮਿਨਿਸਟਰ ਆਫ ਸਟੇਟ ਹੁੰਦੇ ਚੀਫ ਮਿਨਿਸਟਰ ਆਫ ਯੂਨੀਅਨ ਟੈਰੀਟਰੀਜ਼ ਹੈਵਿੰਗ ਲੈਜਿਸਲੇਟਿਵ ਅਸੈਂਬਲੀ ਐਂਡ ਐਡਮਿਨਿਸਟ੍ਰੇਟਰ ਆਫ ਯੂਨੀਅਨ ਟੈਰੀਟਰੀਜ਼ ਨਾਟ ਹੈਵਿੰਗ ਲੈਜਿਸਲੇਟਿਵ ਅਸੈਂਬਲੀ ਹੁੰਦਾ ਹੈ ਸਿਕਸ ਮੈਂਬਰਸ ਆਫ ਕੈਬਨਿਟ ਰੈਂਕ ਆਫ ਯੂਨੀਅਨ ਮਿਨਿਸਟਰ ਨੋਮੀਨੇਟਡ ਬਾਏ ਦੀ ਪ੍ਰਾਈਮ ਮਿਨਿਸਟਰ ਹੁਣ ਇੱਕ ਲਾਰਜਰ ਇੰਸਟੀਟਿਊਸ਼ਨ ਤੁਹਾਨੂੰ ਪਤਾ ਬਣਾਈ ਗਈ ਹੈ ਨੀਤੀ ਆਯੋਗ ਬਣਾਇਆ ਗਿਆ ਹੈ ਜਿਹੜਾ ਕਿ ਪਲੈਨਿੰਗ ਕਮਿਸ਼ਨ ਦੀ ਜਗ੍ਹਾ ਜਿਹੜਾ ਹੈ ਜਿਸਨੂੰ ਖੜਾ ਕੀਤਾ ਗਿਆ ਸੀ ਤੇ ਉਹਦੇ ਵਿੱਚ ਵੀ ਇਹਨਾਂ ਸਾਰਿਆਂ ਦਾ ਮੈਂਬਰ ਹੈ ਉਹਨਾਂ ਨੂੰ ਜਿਹੜੀ ਹੈ ਜਗ੍ਹਾ ਦਿੱਤੀ ਗਈ ਹੈ ਅਗਰ ਇਨ ਲਾਰਜਰ ਕੰਟੈਕਸਟ ਨੀਤੀ ਆਯੋਗ ਦੀ ਅਗਰ ਕੰਪੋਜੀਸ਼ਨ ਦੀ ਆਪਾਂ ਗੱਲ ਕਰੀਏ ਤਾਂ ਉਹ ਇੰਟਰ ਸਟੇਟ ਜਿਹੜੀ ਕੋਆਰਡੀਨੇਸ਼ਨ ਹੈ ਔਰ ਸੈਂਟਰ ਐਂਡ ਇੰਟਰ ਸਟੇਟ ਕੋਆਰਡੀਨੇਸ਼ਨ ਹੈ ਉਹਨੂੰ ਨੀਤੀ ਆਯੋਗ ਵੀ ਜਿਹੜਾ ਹੈ ਉਹਦੇ ਉੱਤੇ ਜਿਹੜਾ ਹੈ ਜ਼ੋਰ ਠੀਕ ਹੈ ਜੀ ਹੁਣ ਇਹ ਇੱਕ ਪ੍ਰੋਸੀਜਰ ਆਫ ਕੌਂਸਲ ਕੌਂਸਲ ਕੰਮ ਕਿਸ ਤਰ੍ਹਾਂ ਕਰਦੀ ਹੈ ਦੀ ਕੌਂਸਲ ਸ਼ੈਲ ਇਨ ਕੰਡਕਟ ਆਫ ਇਟਸ ਬਿਜ਼ਨਸ ਅਬਜ਼ਰਵ ਫੋਲੋਇੰਗ ਪ੍ਰੋਸੀਜਰ ਦੀ ਕੌਂਸਲ ਸ਼ੈਲ ਅਡਾਪਟ ਦੀ ਗਾਈਡਲਾਈਨਸ ਫਾਰ ਆਈਡੈਂਟੀਫਾਈਂਗ ਐਂਡ ਸਿਲੈਕਟਿੰਗ ਇਸ਼ੂਸ ਕਹਿੰਦਾ ਉਹਦੇ ਕੰਮ ਕਰਨ ਦਾ ਤਰੀਕਾ ਜਿਹੜਾ ਬਿਲਕੁਲ ਸਿੱਧਾ ਹੈ ਕੌਂਸਲ ਜਿਹੜਾ ਹੈ ਪਹਿਲੇ ਦਿਸ਼ਾ ਨਿਰਦੇਸ਼ ਦਿੰਦੀ ਹੈ ਕਿ ਉਹ ਜਿਹੜੇ ਹੈ ਮਸਲੇ ਜਾਂ ਵਿਸ਼ੇ ਸਾਡੇ ਸਾਹਮਣੇ ਰੱਖੇ ਜਾਣ ਔਰ ਉਹਨਾਂ ਨੂੰ ਪਹਿਲੇ ਜਿਹੜਾ ਹੈ ਉਹਨਾਂ ਨੂੰ ਲੱਭਿਆ ਜਾਏ ਕਿਹੜੇ ਵਿਸ਼ਿਆਂ ਉੱਤੇ ਜਿਹੜਾ ਸਟੇਨ ਕਰਵਾਉਣ ਦਾ ਉਹ ਵੀ ਜਿਹੜੇ ਆ ਸਾਡੇ ਤੇ ਕੌਂਸਲ ਵੇ ਮੀਟ ਐਟਲੀਸਟ ਟਵਾਈਸ ਐਵਰੀ ਈਅਰ ਐਟ ਸੱਚ ਅ ਟਾਈਮ ਇਨ ਪਲੇਸ ਚੇਅਰਮੈਨ ਡਿਸਾਈਡ ਸੋ ਕਹਿੰਦਾ ਤਿੰਨ ਵਾਰੀ ਜਿਹੜਾ ਹੈ ਸਾਲ ਦੇ ਵਿੱਚ ਜਿਹੜਾ ਹੈ ਜਿਹੜੀ ਸਟੇਟ ਕੌਂਸਲ ਹੈਗੀ ਹੈ ਉਹਦੀ ਮੀਟਿੰਗ ਹੋ ਸਕਦੀ ਹੈ ਅਗਰ ਉਹਦਾ ਚੇਅਰਮੈਨ ਜਿਹੜਾ ਹੈ ਡਿਸਾਈਡ ਕਰੇ ਚੇਅਰਮੈਨ ਕੌਣ ਹੈ ਪ੍ਰਾਈਮ ਮਿਨਿਸਟਰ ਦਾ ਮੀਟਿੰਗ ਆਫ ਦੀ ਕੌਂਸਲ ਸ਼ੈਲ ਬੀ ਵੀ ਹੈਲਡ ਇਨ ਕੈਨਬਰਾ ਜਿਹੜੀ ਮੀਟਿੰਗ ਹੋਣੀ ਚਾਹੀਦੀ ਹੈ ਉਹ ਜਿਹੜਾ ਉਹਨੂੰ ਸਾਰਨਿਕ ਜਿਹੜਾ ਹੈ ਕੀਤਾ ਜਾਣਾ ਚਾਹੀਦਾ ਹੈ ਮਤਲਬ ਵੀਡੀਓਗ੍ਰਾਫੀ ਉਹਦੀ ਹੋਣੀ ਚਾਹੀਦੀ ਹੈ ਦੀ ਮੈਂਬਰ ਸ਼ੈਲ ਬੀ ਫਾਰਮਡ ਕੁਐਸਚਨ ਫੋਰ ਦਾ ਮੀਟਿੰਗ ਆਫ ਦੀ ਕੌਂਸਲ ਜਿਹੜੇ ਮੈਂਬਰ ਹੈਗੇ ਹੈ ਉਹਨਾਂ ਨੂੰ ਜਿਹੜਾ ਹੈ ਕੁਐਸਚਨ ਫਰੇਮ ਕਰਕੇ ਜਿਹੜਾ ਹੈ ਕੁਐਸਚਨ ਰੇਜ਼ ਕਰਨ ਲਈ ਤਿਆਰ ਜਿਹੜਾ ਉਹਦੇ ਵਿੱਚ ਔਰ ਕੁਐਸਚਨ ਐਟ ਮੀਟਿੰਗ ਆਫ ਦੀ ਕੌਂਸਲ ਸਾਰੇ ਜਿਹੜੇ ਮਸਲੇ ਹੈ ਜਾਂ ਮੁੱਦੇ ਹੈ ਉਹ ਕੌਂਸਲ ਦੇ ਸਾਹਮਣੇ ਮੀਟਿੰਗ ਦੇ ਵਿੱਚ ਰੱਖੇ ਤੇ ਕੌਂਸਲ ਮੇ ਇਨ ਕੰਡਕਟ ਆਫ ਇਟਸ ਬਿਜ਼ਨਸ ਅਬਜ਼ਰਵ ਸੱਚ ਅਦਰ ਪ੍ਰੋਸੀਜਰ ਐਜ਼ ਇਟ ਮੇ ਬੀ ਵਿਦ ਦੀ ਅਪਰੂਵਲ ਆਫ ਸੈਂਟਰਲ ਗਵਰਨਮੈਂਟ ਲੇ ਡਾਊਨ ਸੋ ਇਹ ਕੁਛ ਪ੍ਰਮੁੱਖ ਵਿਸ਼ੇ ਸੀਗੇ ਜਾਂ ਪ੍ਰੋਸੀਜਰ ਸੀਗਾ ਜਾਂ ਢੰਗ ਸੀਗਾ ਜਿਹਦੇ ਆਧਾਰ ਉੱਤੇ ਜਿਹੜਾ ਹੁਣ ਆਪਾਂ ਕੰਕਲੂਜਨ ਚ ਇਹੀ ਕਹਿ ਸਕਦੇ ਹਾਂ ਕੌਂਸਲ ਹੈਵ ਬੀਨ ਐਸਟੈਬਲਿਸ਼ਡ ਫਾਰ ਪ੍ਰੋਮੋਸ਼ਨ ਐਂਡ ਕੰਪਲੀਸ਼ਨ ਫਾਰ ਮੇਕਿੰਗ ਟੂ ਸੋਲਵ ਦ ਪ੍ਰੋਬਲਮ ਫਾਰ ਮੈਂਬਰਸ ਸਟੇਟਸ ਇਨ ਕੰਟਰੋਲ ਉਹਨਾਂ ਦੇ ਕਿਸ ਕਾਰ ਤੇ ਮਸਲੇ ਸਾਡੇ ਸਾਹਮਣੇ ਹੁੰਦੇ ਸਾਰੇ ਚਿੰਤਕ ਸਟੇਟ ਕੌਂਸਲ ਪ੍ਰੋਗਰਾਮ and execution of development act as advisory bodies in the matter so jo bhi masle hage hai kendra aur rajyan de vichkar ya apsi rajyan de vichkar ya sudhar de vichkar rajya parishad de so main tonu itthe ek gal sareyan nu clear karna chahna hai ki ajj todi jehdi hai live class lagni hai aur sareyan ne live class lagani hai ਦੂਸਰੀ ਗੱਲ ਅਦਰਵਾਈਜ਼ ਮੈਂ ਤੁਹਾਨੂੰ ਜਿਹੜਾ ਐਡਮਿਟ ਨਹੀਂ ਕਰੂੰਗਾ ਮੈਂ ਐਡਮਿਟ ਜਿਹੜਾ ਹੈ ਉਹਦਾ ਇੱਕ ਦੋ ਦਿਨਾਂ ਦੇ ਵਿੱਚ ਸ਼ੁਰੂ ਕਰ ਲੈਣਾ ਮੇਰਾ ਜ਼ੂਮ ਕਲਾਸ ਦਾ ਬਾਕੀ ਤੁਹਾਡੀਆਂ ਜਿਹੜੀਆਂ ਆਫਲਾਈਨ ਕਲਾਸਾਂ ਵੀ ਲੱਗਣ ਦੀ ਉਮੀਦ ਹੈਗੀ ਹੈ ਬੱਚੋ ਕਦੋਂ ਤੋਂ ਸਰ ਜਿਹੜਾ ਹੈ ਕਹਿੰਦੇ ਸਾਨੂੰ ਲੱਗਣ ਵਾਸਤੇ ਆਫਲਾਈਨ ਕਲਾਸ ਪਰ ਉਹਦੇ ਨਾਲ ਨਾਲ ਜਿਹੜੀ ਹੈ ਮੈਂ ਜਿਹੜੀ ਔਨਲਾਈਨ ਕਲਾਸ ਵੀ ਆਪਣੀ ਜਿਹੜਾ ਰੱਖੂੰਗਾ ਜਿਹੜੇ ਕੁਛ ਜਿਹੜੇ ਵਿਸ਼ੇ ਹੈਗੇ ਆ ਇੰਪੋਰਟੈਂਟ ਜਿਹੜੇ ਛੋਟੇ ਛੋਟੇ ਵਿਸ਼ੇ ਹੈਗੇ ਆ ਇੱਕ ਚੈਪਟਰ ਦੇ ਵਿੱਚ ਆਉਂਦੇ ਆ ਉਹ ਅਸੀਂ ਆਪਣੇ ਵੀਡੀਓ ਲੈਕਚਰ ਦੇ ਵਿੱਚ ਜਿਹੜੇ ਆ ਡਿਸਕਸ ਕਰਦੇ ਆ ਉਹਨਾਂ ਉੱਤੇ ਡਿਸਕਸ਼ਨ ਉਹ ਜਾਰੀ ਰੱਖਾਂਗੇ ਬਾਕੀ ਲਾਈਵ ਕਲਾਸ ਦੇ ਵਿੱਚ ਵੀ ਤੁਹਾਨੂੰ ਜਿਹੜਾ ਟੋਪਿਕ ਹੈ ਉਹ ਚੰਗੀ ਤਰ੍ਹਾਂ ਉਹਦੇ ਉੱਤੇ ਚੱਲਣਾ ਜਾਂ ਰੋਸ਼ ਵੀ ਵੀਡੀਓ ਪਾਈ ਹੋਵੇ ਸੋ ਮੈਂ ਅੱਜ ਦਾ ਆਪਣਾ ਜਿਹੜਾ ਵੀਡੀਓ ਲੈਕਚਰ ਹੈਗਾ ਵਿਰਾਮ ਕਰਨਾ ਜਾਂ ਕਰਨਾ